खाना पे पी थी। बिच्ची कर लो बिच्ची भी है।
ਸਾਰੀ ਉਮਰ ਕੀ ਬੱਚਿਆਂ ਨੂੰ ਤਾਂ ਭੁੱਲ ਸਕਦਾ ਹੋਈ ਹਾਲੀ ਠੀਕ ਚਲੋ ਜੀ ਹੁਣ ਤੇ ਇੱਕ ਵਾਰੀ ਇੰਦਰਾ ਗਾਂਧੀ ਦਾ ਕਰਤਾ ਨਾ ਕੁੰਡਾ ਪੁੱਛਦਾ ਭਾਜੀ ਜਿਹੜੇ ਬੱਚੇ ਆ ਦਵਾਈ ਦਾ ਇਸ ਤਰ੍ਹਾਂ ਛੋਟੇ ਬੱਚੇ ਇਹਨਾਂ ਇੱਥੇ ਬੀਬੀਆਂ ਕੋਲ ਇਸ ਤਰ੍ਹਾਂ ਲਾ ਕੇ ਲਾਗੇ ਬਿਲਕੁਲ ਦੱਸ ਅਸੀਂ ਸੇਵਾ ਤਾਂ ਨੇ ਭਾਜੀ ਹੈਗੇ ਜਾਣੇ ਇਸ ਤਰ੍ਹਾਂ ਬੱਚੇ ਬੀਬੀਆਂ ਖੋ ਕੇ ਲਾ ਕੇ ਸਟੋਰ ਨੂੰ ਆ ਕੇ ਜੀਂਦੇ ਸੁੱਟੀ ਜਾਣ ਇੱਧਰ ਜਿਹੜੇ ਮੁੰਡੇ ਨੌਜਵਾਨ ਕਾਰੀਦਾਰੀ ਲੰਗਰ ਚੋਂ ਬਲ ਨੂੰ ਅੱਗ ਲਾਈ ਆ ਜੀਨੇ ਬੰਨ ਬੰਨ ਬਹੁਤ ਸੁੱਟੀ ਜਾਣ ਜਿਹੜੀਆਂ ਹਾਲਤਾਂ ਪਾਉ ਅੱਖੀਆਂ ਅੱਖੀਆਂ ਨੇ ਭੁੱਲਣ ਲਈ ਆ ਸਾਰੀ ਉਮਰ ਉੱਧਰ ਆਉਣਾ ਤੁਸੀਂ ਤੁਸੀਂ ਬਿਆਨ ਕਰੋ ਜੋ ਕੁਝ ਇੱਥੇ ਸੇਵਾਦਾਰ ਸੀ ਤੁਹਾਨੂੰ ਜ਼ਿਆਦਾ ਪਤਾ ਸਾਨੂੰ ਪਤਾ ਨੀ ਨਾ ਜਦ ਮਤਲਬ ਆਪਣੇ ਸਟੋਰ ਨੂੰ ਅੱਗ ਲਾਈ ਸਟੋਰ ਨੂੰ ਜਦੋਂ ਅੱਗ ਲਾਈ ਉਹਨਾਂ ਬਿਸਤਰਿਆਂ ਨੂੰ ਉਹਦਾ ਬੀਬੀਆਂ ਨੂੰ ਖੋ ਕੇ ਬੱਚੇ ਜਿਉਂਦੇ ਅੱਗ ਸੁੱਟੇ ਗਏ ਨੇ ਉਸ ਤੋਂ ਬਾਅਦ ਨੌਜਵਾਨ ਮੁੰਡੇ ਜਿਹੜਾ ਪੁਰਾਣਾ ਲੰਗਰ ਸੀਗਾ ਉਹਦੇ ਚਲਾ ਕੇ ਤੇ ਬਾਹਾਂ ਪੁੱਠੀਆਂ ਦੀਆਂ ਬੰਨ ਗਏ ਤੇ ਉਹਨਾਂ ਨੂੰ ਜੀਂਦਿਆਂ ਨੂੰ ਬੀਬੀਆਂ ਸੀ ਸਾਰੇ ਵੀਰੇ ਲਾਏ ਮਤਲਬ ਸਭ ਲਾ ਟੋਟਲ ਲਾਏ ਨੇ ਬਿਸਤੀ ਮਤਲਬ ਬਿਸਤੀ ਕੀਤੀ ਗਈ ਜਿੰਨੀ ਉਹਨਾਂ ਕੋਲ ਜੋ ਵੀ ਹੋਇਆ ਜੋ ਸਰਿਆ ਉਸ ਤੋਂ ਬਾਅਦ ਰਾਤ ਜਦੋਂ ਪੰਜ ਤਰੀਕ ਆ ਗਏ ਫਿਰ ਟੈਂਕਾਂ ਦੇ ਅੰਦਰ ਟੈਂਕ ਲਿਆ ਕੇ ਤੇ ਮਤਲਬ ਜੋ ਕਾਰਵਾਈ ਉਹਨਾਂ ਆਪਣੀ ਸਗੜਿਆਂ ਕੀਤੀ ਆ ਜਿਹੜਾ ਕੰਮ ਹੋਇਆ ਉਹ ਵੀ ਦੱਸ ਤੁਸੀਂ ਕਿੱਥੇ ਸੀ ਉਦੋਂ ਹਾਂਜੀ ਤੁਸੀਂ ਕਦੋਂ ਮੈਂ ਜੀ ਉਦੋਂ ਜਿਸ ਜਿਹੜੀ ਸਾਡੀ ਇਹਨਾਂ ਲਗਾਏ ਨਾ ਟੈਂਕ ਪੰਜ ਤਰੀਕ ਆਏ ਦਿਨ ਉਦੋਂ ਮੇਰੀ ਡਿਊਟੀ ਸੀ ਨਾ ਉੱਥੇ ਜਦ ਟੈਂਕ ਲਾਉਣੇ ਸ਼ੁਰੂ ਹੋਏ ਤੇ ਥੋੜ੍ਹੀ ਜਿਹੀ ਢਿੱਲ ਮਿਲੀ ਗੋਲੀ ਚੱਲਣ ਤੋਂ ਥੋੜ੍ਹੀ ਉੱਚੀ ਬੋਲੋ ਮਤਲਬ ਟੈਂਕ ਜਿਹੜੇ ਅੰਦਰ ਆਉਂਦਾ ਪਿਆ ਤੇ ਗੋਲੀ ਥੋੜ੍ਹੀ ਠੰਡੀ ਹੋ ਗਈ ਕੱਟ ਹੋ ਗਈ ਮਤਲਬ ਉਦੋਂ ਫਿਰ ਸਾਨੂੰ ਥੋੜ੍ਹਾ ਚਾਂਸ ਮਿਲ ਗਿਆ ਬਰਾਂਡੇ ਚੜ੍ਹ ਕੇ ਬਾਹਰ ਜਾਣ ਦਾ ਅਤੇ ਉਦੋਂ ਫਿਰ ਅਸੀਂ ਬਾਹਰਲੇ ਪਾਸੇ ਹੋ ਗਏ ਉਹਦੇ ਨਾਲ ਕੋਈ ਸਾਡਾ ਜਿਹੜਾ ਸਿਆਦਰ ਭੱਜ ਨੱਸ ਕੇ ਆਪਣੀ ਬਚਾਅ ਹੋ ਗਿਆ ਜਿਹੜਾ ਚਾਰ ਦਰ ਚੋਂ ਅੰਦਰ ਰਹਿ ਗਿਆ ਉਹ ਜਿਹੜੇ ਬੰਦੇ ਆਪੋ ਆਪਣੀ ਜਾਨ ਨੀ ਬਚਾਉਣ ਡੇ ਭਾਜੀ ਜਿਹੜਾ ਕਿਤੇ ਡਟਿਆ ਉੱਥੇ ਡਟਿਆ